ਇੱਥੇ ਬਾਦਲ ਸਿਲਾਈ ਸੈਂਟਰ ਦੇ ਵਿੱਚ ਇੱਕ ਟੀਚਰ ਹਾਂ ਤਾਂ ਜੋ ਇਹ ਬਾਦਲ ਸੈਂਟਰ ਚੱਲ ਰਿਹਾ ਹੈਗਾ ਤਾਂ ਇਹਦੇ ਵਿੱਚ ਜੋ ਬੀਬਾ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਨੰਨੀ ਸ਼ਾਂ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈਗਾ ਤਾਂ ਮੈਂ ਉਹਦੇ ਵਿੱਚ ਇੱਕ ਟੀਚਰ ਹਾਂਗੀ। ਅੱਜ ਦੇ ਦਿਨ ਜੋ ਫਸਟ ਬੈਚ ਸੀਗਾ ਤਾਂ ਉਹ ਫਸਟ ਬੈਚ ਪੂਰਾ ਹੋ ਗਿਆ ਗਾ ਤਾਂ ਅੱਜ ਮੈਮ ਹਰਸਿਮਰਤ ਕੌਰ ਬਾਦਲ ਜੀ ਨੇ ਬੱਚਿਆਂ ਨੂੰ ਮਸ਼ੀਨਾਂ ਵੰਡੀਆਂ ਨੇ ਤਾਂ ਜੋ ਇੱਥੋਂ ਬੱਚੇ ਕੰਮ ਸਿੱਖ ਰਹੇ ਨੇ ਬਹੁਤ ਵਧੀਆ ਸਿੱਖ ਰਹੇ ਨੇ। ਛੋਟੇ ਗਾਰਮੈਂਟਸ ਤੋਂ ਲੈ ਕੇ ਅਡਲਟਸ ਤੱਕ ਜੈਂਟਸ ਦੇ ਸਭ ਤਰ੍ਹਾਂ ਦੇ ਕੱਪੜੇ ਸਿਖਾਏ ਜਾਂਦੇ ਆ ਬੱਚਿਆਂ ਨੂੰ ਤਾਂ ਇੱਥੋਂ ਜੋ ਬੱਚੇ ਆ ਉਹ ਕੰਮ ਸਿੱਖ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਤਾਂ ਅੱਗੇ ਵੀ ਕੰਮ ਕਰ ਰਹੇ ਨੇ। ਦੇਖੋ ਇਹ ਲੜਕੀਆਂ ਦੇ ਲਈ ਇੱਕ ਬਹੁਤ ਵਧੀਆ, ਲੇਡੀਜ਼ ਦੇ ਲਈ ਇੱਕ ਬਹੁਤ ਵਧੀਆ ਚੀਜ਼ ਹੈ ਜੋ ਮੈਮ ਦੀ ਮੁਹਿੰਮ ਰੁੱਖ ਅਤੇ ਕੁੱਖ ਬਚਾਉਣੀ, ਇਹ ਉਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ। ਵਾਤਾਵਰਨ ਅਤੇ ਬੇਟੀ ਨੂੰ ਬਚਾਉਣਾ ਉਹਨਾਂ ਦੀ ਇੱਕ ਬਹੁਤ ਵਧੀਆ ਮੁਹਿੰਮ ਹੈ। ਇਹਦੇ ਵਿੱਚ ਜੀ ਜਿਹੜਾ ਫਸਟ ਬੈਚ ਸੀਗਾ ਉਹਦੇ ਵਿੱਚ 20 ਬੱਚਿਆਂ ਨੇ ਐਡਮਿਸ਼ਨ ਲਈ ਸੀਗੀ ਤਾਂ 20 ਦੇ ਵਿੱਚੋਂ ਜੋ ਜਿੰਨੇ ਬੱਚੇ ਸੀ ਮਤਲਬ ਸਭ ਨੇ ਵੀ ਵਧੀਆ ਆਪਦਾ ਪਰਫੋਰਮੈਂਸ ਦਿੱਤੀ ਆ। ਤੁਸੀਂ ਦੇਖ ਸਕਦੇ ਹੋ ਕਿ ਗਾਰਮੈਂਟਸ ਬੱਚਿਆਂ ਨੇ ਬਣਾਏ ਆ, ਹਰ ਤਰ੍ਹਾਂ ਦਾ ਕੱਪੜਾ ਬੱਚਿਆਂ ਨੂੰ ਸਿਖਾਇਆ ਜਾਂਦਾ ਗਾ ਤਾਂ ਜੋ ਇਹ ਚੱਲ ਰਿਹਾ ਨਾ ਮੈਂ ਵੀ ਇੱਕ ਬਹੁਤ ਵਧੀਆ ਚੀਜ਼ ਚੱਲ ਰਹੀ ਹੈ ਨਾ ਤਾਂ ਜਿਹੜਾ ਇਹ ਸੈਂਟਰ ਆ ਇਹ ਬਾਦਲ ਪਿੰਡ ਦੇ ਵਿੱਚ ਆ ਅਤੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਜਿਹੜੇ ਸੈਂਟਰ ਆ ਮੈਮ ਚਲਵਾ ਰਹੇ ਹੈਗੇ। ਅੱਜ ਵੀ ਬੱਚਿਆਂ ਨੂੰ ਮਸ਼ੀਨਾਂ ਵੰਡੀਆਂ ਗਈਆਂ ਤਾਂ ਬੱਚੇ ਬਹੁਤ ਖੁਸ਼ ਨੇ ਤਾਂ ਅਸੀਂ ਦਿਲ ਤੋਂ ਮੈਂ ਆਪਣੇ ਵੱਲੋਂ ਮੇਰੇ ਪੂਰੇ ਸੈਂਟਰ ਦੇ ਵੱਲੋਂ ਵੀ ਬਾਹਰ ਸਿਮਰਤ ਕੌਰ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੀ ਹਾਂ, ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਲੇਡੀਜ਼ ਦੇ ਲਈ ਇੰਨਾ ਕੀਤਾ। ਜੇ ਆਮ ਜਿਵੇਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਘਰ 'ਚ ਬੈਠੇ ਆ ਉਹ ਕੀ ਹਾਂਜੀ ਜੋ ਮਤਲਬ ਘਰਾਂ 'ਚ ਬੈਠੀਆਂ ਲੇਡੀਜ਼ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਮੈਮ ਇਹਨਾਂ ਮੈਮ ਨੇ ਮੁਹਿੰਮ ਚਲਾਈ ਹੈ ਨਾ ਤਾਂ ਦੇਖੋ ਸੈਂਟਰ ਦੇ ਵਿੱਚ ਆਓ, ਠੀਕ ਆ, ਤਾਂ ਕੰਮ ਸਿੱਖੋ ਤਾਂ ਕੰਮ ਸਿੱਖ ਕੇ ਆਪਣਾ ਕੰਮ ਕਰੋ ਤਾਂ ਕਿ ਤੁਹਾਨੂੰ ਕਿਸੇ 'ਤੇ ਡਿਪੈਂਡ ਨਾ ਹੋਣਾ ਪਵੇ, ਠੀਕ ਆ ਨਾ। ਆਪਣਾ ਕਮਾਓਗੇ ਖੁਦ ਇੰਡੀਪੈਂਡ ਹੋਵੋਗੇ ਨਾ ਤਾਂ ਅੱਗੇ ਜਾ ਕੇ ਮਤਲਬ ਤੁਹਾਨੂੰ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣਾ ਪਊਗਾ। ਇਹ ਜੋ ਮੁਹਿੰਮ ਆ ਜੀ ਬਹੁਤ ਵਧੀਆ ਗੀ, ਠੀਕ ਆ। ਅਸੀਂ ਆਪਣੇ ਦਿਲ ਤੋਂ ਆਪਣੇ ਵੱਲੋਂ ਮੈਂ ਤਾਂ ਆਪਣੇ ਪੂਰੇ ਸੈਂਟਰ ਦੇ ਵੱਲੋਂ ਮੈਮ ਦਾ ਦਿਲ ਤੋਂ ਥੈਂਕਸ ਕਰਦੇ ਹਾਂ ਜੀ। ਇਹ ਸਰ ਬੀਬਾ ਜੀ ਨੇ 2009 ਦੇ ਵਿੱਚ ਸਟਾਰਟ ਕੀਤਾ ਸੀਗਾ, ਭੁੱਖ ਅਤੇ ਰੁੱਖ ਬਚਾਅ ਵਾਸਤੇ ਮੁਹਿੰਮ ਚਲਾਈ ਸੀਗੀ ਅਤੇ ਇਹਨੂੰ 16 ਸਾਲ ਹੋ ਗਏ ਨੇ ਅਤੇ ਇਸ ਦੇ ਨਾਲ ਉਦੋਂ ਕਿਉਂਕਿ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਨ ਦਾ, ਭਰੂਣ ਹੱਤਿਆ ਦਾ ਬਹੁਤ ਹੀ ਜ਼ਿਆਦਾ ਦੌਰ ਚੱਲ ਰਿਹਾ ਸੀਗਾ। ਸੋ ਇਸ ਮੁਹਿੰਮ ਦੇ ਚੱਲਣ ਨਾਲ ਅੱਜ ਧੀ ਅਤੇ ਪੁੱਤਰ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ। ਅੱਜ ਇੱਕ ਬੇਟੀ ਆਪਣੇ ਇਸ ਨੰਨੀ ਸ਼ਾਨ ਦੇ ਸਿਲਾਈ ਸੈਂਟਰ ਵਿੱਚ ਕੰਮ ਸਿੱਖ ਕੇ ਇੱਕ ਧੀ ਆਪਣੇ ਪੈਰਾਂ 'ਤੇ ਖੜ੍ਹੀ ਹੋ ਰਹੀ ਹੈ, ਆਪਣੇ ਡਿਪੈਂਡ ਹੋ ਰਹੀ ਹੈ ਕਿਉਂਕਿ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਨਾ ਬਹੁਤ ਹੀ ਪਾਪ ਹੈ ਜੋ ਕਿ ਸਾਡੇ ਸਮਾਜ ਵਿੱਚ ਧੀ ਦਾ ਦਰਜਾ ਨੀਵਾਂ ਹੈ। ਸੋ ਬੀਬਾ ਜੀ ਹਰਸਿਮਰਤ ਬਾਦਲ ਜੀ ਨੇ ਇਹ ਮੁਹਿੰਮ ਚਲਾ ਕੇ ਧੀਆਂ ਨੂੰ ਬਹੁਤ ਹੀ ਉੱਚਾ ਦਰਜਾ ਦਿੱਤਾ ਹੈ।
ਸੋ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਬੀਬਾ ਹਰਸਿਮਰਤ ਕੌਰ ਜੀ ਦਾ, ਉਹਨਾਂ ਦੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ ਸਰ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੀਬਾ ਜੀ ਦਾ, ਜੋ ਇਹ ਮਸ਼ੀਨਾਂ ਅੱਜ ਸਾਨੂੰ ਦਿੱਤੀਆਂ ਜਾ ਰਹੀਆਂ ਨੇ, ਨੰਨੀ ਸ਼ਾਨ ਸਿਲਾਈ ਸੈਂਟਰ ਵਿੱਚ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਅਸੀਂ ਆਪਣਾ ਘਰ ਬੈਠ ਕੇ ਰੁਜ਼ਗਾਰ ਸ਼ੁਰੂ ਕਰ ਸਕਦੇ ਹਾਂ ਜੀ। ਮੈਨੂੰ 6 ਮਹੀਨੇ ਹੋ ਗਏ ਆ, 6 ਮਹੀਨੇ ਹੋ ਗਏ ਯਹਾਂ ਪੇ ਲਗੇ ਹੋਏ, ਔਰ ਹਮੇ ਅੱਜ ਮਸ਼ੀਨੀ ਮਿਲ ਗਈ ਹੈ। ਤੋ ਹਮ ਧੰਨਵਾਦ ਕਰਨਾ ਚਾਹੇਂਗੇ ਹਮਾਰੀ ਆਦਰਣੀਯ ਸ਼੍ਰੀਮਤੀ ਹਰਸਿਮਰਤ ਕੌਰ ਜੀ ਬਾਦਲ ਜੀ ਕਾ, ਕਿ ਉਨ੍ਹੋਂਨੇ ਹਮੇ ਯੇ ਨੰਨੀ ਛਾਂ ਸਿਲਾਈ ਸੈਂਟਰ ਕੀ ਖੁਸ਼ੀਓਂ ਕੀ ਸੌਗਾਤ ਪ੍ਰਦਾਨ ਕੀ ਹੈ। ਕਿਤਨਾ ਟਾਈਮ ਹੋ ਗਿਆ ਆਪਕੋ ਕਾਮ ਕਰਤੇ ਹੋਏ, ਕੈਸੇ ਕਾਮ ਜੀ? ਜਬ ਮੈਂ ਯਹਾਂ ਪੇ ਲਗੀ ਥੀ ਮੁਝੇ ਕੁਛ ਵੀ ਨਹੀਂ ਆਤਾ ਥਾ, ਯਹਾਂ ਪੇ 6 ਮਹੀਨੇ ਕਾਮ ਕੀਆ, ਔਰ ਮੈਂ ਛੋਟੋ ਸੇ ਲੈ ਕੇ ਬੜੋ ਤੱਕ ਸਭੀ ਪ੍ਰਕਾਰ ਕੇ ਕੱਪੜੇ ਸਿਲਾਈ ਕਰਤੀ ਹੂੰ, ਔਰ ਘਰ ਪੇ ਵੀ ਚਲਾਤੀ ਹੂੰ, ਔਰ ਆਜ ਮੈਂ ਆਪਣਾ ਘਰ ਕਾ ਗੁਜ਼ਰ ਬਸਰ ਕਰ ਰਹੀ ਹੂੰ, ਔਰ ਆਪਣੇ ਪੈਰੋਂ ਪੇ ਖੜੀ ਹੂੰ। ਘਰ ਵਾਲੇ ਵੀ ਬਹੁਤ ਖੁਸ਼ ਹੈ ਕਿ ਬਈ ਉਹਨੇ ਮੇਰਾ ਪੂਰਾ ਸਪੋਰਟ ਹੈ। ਕਿਤਨਾ ਕਮਾ ਲੋ ਮਹੀਨੇ ਵਿੱਚ ਕਮਾ ਲੈਂਦੇ ਹੋ? ਮੈਂ 2,500-3,000 ਤੱਕ ਕਮਾ ਲੈਂਦੀ ਹੂੰ। ਵੋ ਕੱਪੜੇ ਪੇ ਡਿਪੈਂਡ ਕਰਦਾ ਹੈ ਕਿ ਹਮਾਰੇ ਪਾਸ ਕਿਤਨੇ ਆਤੇ ਹੈ, ਕਿਉਂਕਿ ਅਭੀ ਹਮਨੇ ਸ਼ੁਰੂ ਕੀਆ ਹੈ ਤੋ 2,500-3,000 ਤੱਕ ਹਮ ਕਮਾ ਲੈਂਦੇ ਹੈ। ਇਹ ਮਸ਼ੀਨ ਮਿਲਨੇ ਸੇ ਆਪਕੀ ਕਮਾਈ ਮੇਂ ਆਪਕੇ ਬਾਦਲਾ ਵੀ ਹੋਗਾ ਜੀ? ਬਿਲਕੁਲ, ਇਸਸੇ ਹਮੇ ਬਹੁਤ ਜ਼ਿਆਦਾ ਹੈ ਕਿ ਬਈ ਹਮ ਨਹੀਂ ਤੋ ਹਮੇ ਖੁਦ ਮਸ਼ੀਨੇ ਖਰੀਦਣੀ ਪੜਤੀ, ਕਹਾਂ ਪੇ ਹਮ ਮਸ਼ੀਨੇ ਖਰੀਦ ਕੇ ਲੈਂਗੇ, ਕਹਾਂ ਪੇ ਹਮੇ ਯਹਾਂ ਸੇ ਯਹਾਂ ਕੀ ਤਰਫ ਸੇ ਮਿਲ ਰਹੀ ਹੈ। ਮੈਨੂੰ ਇੱਥੇ 8 ਮਹੀਨੇ ਹੋ ਗਏ ਆ ਕੰਮ ਕਰ ਸਿੱਖ ਰਹੀ ਨੂੰ, ਮੈਨੂੰ ਇਹ ਮਸ਼ੀਨ ਮਿਲ ਰਹੀ ਹੈ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਮ ਹਰਸਿਮਰਤ ਕੌਰ ਬਾਦਲ ਜੀ ਦਾ। ਇਸ ਮਸ਼ੀਨ ਦੇ ਰਾਹੀਂ ਮੈਂ ਬਹੁਤ ਸਾਰਾ ਕੰਮ ਕਰਨਾ ਚਾਹੁੰਦੀ ਹਾਂ ਘਰ ਵਿੱਚ ਵੀ, ਜੋ ਕੰਮ ਮੈਂ ਇਹਨਾਂ 8 ਮਹੀਨਿਆਂ ਵਿੱਚ ਇੱਥੇ ਸਿੱਖਿਆ ਹੈ ਉਸ ਨਾਲ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ। ਮੈਂ ਆਪਣੀ ਸਟੱਡੀ ਦਾ ਖਰਚਾ ਖੁਦ ਚੱਕ ਰਹੀ ਹਾਂ, ਜਿਸ ਨਾਲ ਮੇਰੇ ਘਰਦਿਆਂ ਨੂੰ ਬਹੁਤ ਸਹਾਇਤਾ ਮਿਲ ਰਹੀ ਹੈ। ਮੈਂ +1 ਵਕੇਸ਼ਨ ਹੁਣ ਮਨੋਂ ਇਹਦਾ ਮਸ਼ੀਨ ਮਿਲਣਾ ਕਿੰਨਾ ਤੁਹਾਨੂੰ ਫਾਇਦਾ ਹੋਈ ਇਹ ਕੰਮ ਕਰਨਾ ਕਰੇ ਕਿ ਨਾ? ਮੈਂ ਆਪਣੀ ਸਟੱਡੀ ਦਾ ਖਰਚਾ ਖੁਦ ਚੱਕ ਸਕਦੀ ਹਾਂ, ਮੈਂ ਸੈਲਫ ਡਿਪੈਂਡ ਹੋ ਚੁੱਕੀ ਹਾਂ ਇਸ ਕੰਮ ਦੇ ਨਾਲ, ਮੈਂ ਘਰ ਬੈਠੀ ਕੰਮ ਕਰ ਸਕਦੀ ਹਾਂ, ਮੈਨੂੰ ਕਿਤੇ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ।